ਜਿਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਵਾਹਿਗੁਰੂ 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 ਤੁਧਨੋ ਨਿਮਨ ਮੰਨਣ ਤੇਰਾ ਨਾਉ ਸਾਚ ਭੇਟ ਬੈਸਣ ਕੋ ਥਾਉ ਸਤ ਸੰਤੋਖ ਹੋਵੇ ਅਰਦਾਸ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦ ਬਹਾਲੇ ਪਾਸ ਨਾਨਕ ਤੇਰਾ ਬਾਣੀਆ ਤੂੰ ਸਾਹਿਬ ਮੈਂ ਰਾਸ ਮਨ 'ਤੇ ਧੋਖਾ ਤਾਂ ਲਹੈ ਜਾਂ ਸਿਫਤ ਕਰੀ ਅਰਦਾਸ ਹਿਕ ਸੇਵੀ ਹਿਕ ਸੰਮਲਾ ਹਰ ਇੱਕ ਸਪੈ ਅਰਦਾਸ ਨਾਮ ਵਖਰ ਤਨ ਸੰਚਿਆ ਨਾਨਕ ਸੱਚੀ ਰਾਸ ਗੁਰ ਗੁਰ ਵਾਹਿਗੁਰੂ 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 ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਛੋੜ ਸਿਆਣਪ ਸਗਲ ਛੋੜ ਸਿਆਣਪ ਸਗਲ ਮਨ ਤਨ ਅਰਪ ਧਾਰ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪੈ ਪਾਈ ਨਦਰ ਤੁਧ ਅਰਦਾਸ ਮੇਰੀ ਨਦਰ ਤੁਧ ਅਰਦਾਸ ਮੇਰੀ ਜਿਨੇ ਆਪ ਉਪਾਇਆ ਤਾਂ ਮੈਂ ਕਹਿਆ ਕਾਹਨੂੰ ਜਾਂ ਤੁਝੇ ਕਹਾਇਆ ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਮਰ ਕਹਿ ਗੁਰੂ ਨਾਨਕ ਲਈ ਤਿਹਾਏ ਫਿਰੰਗਤ ਗੁਰਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤਿਹਾਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਚ ਜੀ ਪ੍ਰੀਤਮ ਦਸਮੇਸ ਪਿਤਾ ਸਰਬੰਸ ਦਾਨੀ ਜੀਓ ਸਭ ਥਾਈ ਹੋ ਨਾ ਜੀ ਸਹਾਇ ਧੰਨ 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 ਦਸਾਂ ਪਾਤਸ਼ਾਹ ਦੇ ਆਤਮਕ ਸਰੂਪ ਜਾਗਤੀ ਜੋਤ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਕਲ ਯੁਗ ਦੇ ਬੋਹਿਤ ਹੰਡਾਂ ਬ੍ਰਹਮੰਡਾਂ ਵਿੱਚ ਪ੍ਰਕਾਸ਼ਮਾਨ ਪਰੋਪਕਾਰੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਵਿੱਤਰ ਪਾਵਨ ਮਹਿਮਾ ਅਗਾਧ ਬੋਧ ਹੈ ਕਥੀ ਨਾ ਜਾਏ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ ਆਪੇ ਆਪ ਆਪ ਸਲਾਹੇ ਤੇਰੇ ਗੁਣ ਪ੍ਰਭ ਤੁਝੀ ਮਾਹੇ ਤੂੰ ਆਪ ਸੱਚਾ ਤੇਰੀ ਬਾਣੀ ਸੱਚੀ ਆਪੇ ਅਲਖ ਅਥਾਹਾ ਹੈ ਵਰਨਾ ਸਾਕੋ ਜੈਸਾ ਤੂੰ ਹੈ ਸਾਚੇ ਅਲਖ ਅਪਾਰਾ ਅਤੁਲ ਅਥਾਡੋਲ ਸੁਆਮੀ ਨਾਨਕ ਖਸਮ ਹਮਾਰਾ ਧੰਨ ਧੰਨ ਗੁਰਦੇਵ ਸੱਚੇ ਪਾਤਸ਼ਾਹ ਜੀਓ ਮਿਹਰਾਂ ਦੇ ਸਾਈਂ ਜੀਓ ਆਪ ਜੀ ਦੀ ਪਵਿੱਤਰ ਪਾਵਨ ਮਹਿਮਾ ਕਥੀ ਨਾ ਜਾਏ ਲੱਖ ਹੈ ਲਖੀ ਨਾ ਜਾਏ ਆਪ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਦਰਗਾਲਸਾ ਜੀ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਖਾਲਸਾ ਜੀ ਬੋਲੋ ਜੀ ਆਪ ਜੀ ਦੇ ਸਾਜੇ ਨਵਾਜੇ ਪੰਜ ਪਿਆਰੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਚਾਰ ਸਾਹਿਬਜ਼ਾਦੇ ਬਾਬਾ ਸਾਹਿਬ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਚਾਲੀ ਮੁਕਤੇ ਭਾਈ ਮਾਨ ਸਿੰਘ ਜੀ ਮਾਈ ਭਾਗ ਕੌਰ ਜੀ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਸਾਹਸਗਿਰਾ ਸਤਿਗੁਰੂ ਆਪ ਜੀ ਦਾ ਪਵਿੱਤਰ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇਖ ਕੇ ਅਨ ਡਿੱਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਪਾਵਨ ਕਮਾਈ ਦਾ ਧਿਆਨ ਖਾਲਸਾ ਜੀ ਬੋਲੋ ਜੀ
ਪੁਰਾਤਨ ਸਮੇਂ ਤੋਂ ਲੈ ਕੇ ਵਰਤਮਾਨ ਸਮੇਂ ਜਿਹਨਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ, ਬੰਦ ਬੰਦ ਕਟਾਏ, ਚਰਕਰਣੀਆਂ ਦੇ ਚੜ੍ਹੇ, ਖੋਪਰੀਆਂ ਲੁਹਾਈਆਂ, ਤਨ ਆਰਿਆਂ ਨਾਲ ਚੀਰੇ ਗਏ, ਸਿੱਖੀ ਕੇਸਾਂ ਸਵਾਸਾਂ ਸੰਗਨ ਨਿਭਾਏ, ਗੁਰੂ ਧਾਮਾਂ ਦੇ ਬਚਾਉਣ ਦੀ ਖਾਤਰ ਬੇਅੰਤ ਸ਼ਹੀਦੀਆਂ ਪਾਈਆਂ, ਧਰਮ ਨਹੀਂ ਹਾਰਿਆ, ਜਿਨ੍ਹਾਂ ਮਾਤਾਵਾਂ ਨੇ ਸਵਾ ਸਵਾ ਮਨ ਦੇ ਪੀਸਣ ਪੀਸੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ ਵਿੱਚ ਹਾਰ ਪਵਾਏ, ਸਤਿਗੁਰੂ ਜੀਓ ਆਪ ਜੀ ਦੇ ਪਵਿੱਤਰ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿੰਨਾਂ ਸਿੰਘਾਂ ਸਿੰਘਣੀਆਂ ਭੁਚੰਗੀਆਂ ਦੀ ਅੱਤ ਕਰੜੀ ਕਮਾਈ ਦਾ ਧਿਆਨ, ਖਾਲਸਾ ਜੀ ਬੋਲੋ ਜੀ। ਪੰਜੇ ਪਵਿੱਤਰ ਤਖਤ ਸਾਹਿਬਾਨ ਸਮੂਹ ਪਾਵਨ ਗੁਰੂ ਧਾਮਾਂ ਦੇ ਦਰਸ਼ਨ ਦੇ ਦਰ ਦਾ ਧਿਆਨ, ਖਾਲਸਾ ਜੀ ਬੋਲੋ ਜੀ। ਬਿਰਤ ਮੇ ਸਰਬੱਤ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ, ਚੇਤੇ ਆਵਣ ਕਾ ਸਦਕਾ ਸਰਬ ਸੁੱਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਦੇਖ ਦੇਖ ਵਧੇ ਬਿਰਧ ਕੀ ਪਹਿਜ ਰਹੇ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਗੁਰੂ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਦਤਾਰ ਜੀਓ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਪਾਵਨ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ, ਗੁਰੂ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਤਿਗੁਰੂ ਜੀਓ ਸਿੱਖਾਂ ਦਾ ਮਨ ਨੀਵਾਂ ਰੱਖੋ, ਮਤ ਉੱਚੀ ਬਖਸ਼ੋ, ਮਤ ਪਦ ਦੇ ਰਾਖਿਆ ਅਕਾਲ ਪੁਰਖ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਪਵਿੱਤਰ ਪਾਵਨ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀਓ। ਹੇ ਨਿਮਾਣਿਓ ਕੇ ਮਾਨ, ਨੇਤਾਣਿਓ ਕੇ ਤਾਨ, ਨਿਓਟਿਓ ਕੀ ਓਟ, ਨਿਆਸਰਿਓ ਕਾ ਆਸਰਾ, ਗੁਰੂ ਗਰੀਬ ਨਿਵਾਜ, ਹਾਜ਼ਰ ਹਜ਼ੂਰ ਜਹਰ ਜਹੂਰ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ, ਆਪ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿਖੇ ਦੋਏ ਕਰ ਜੋੜ ਬੇਨਤੀ, ਜੋਦੜੀ ਅਰਜੋਈ ਸੱਚੇ ਪਾਤਸ਼ਾਹ, ਆਪ ਜੀ ਦੀ ਪਿਆਰੀ ਪਿਆਰੀ ਸੰਗਤ ਵੱਲੋਂ ਸੱਚੇ ਪਾਤਸ਼ਾਹ ਆਪ ਜੀ ਦੀ ਅਪਾਰ ਬਖਸ਼ਿਸ਼ ਮਿਹਰ ਹੋਈ, ਸੱਚੇ ਪਾਤਸ਼ਾਹ ਸਾਡੇ ਕਲਯੁਗੀ ਜੀਵਾਂ 'ਤੇ ਤਰਸ ਖਾ ਕੇ ਦਾਤਾਰ ਜੀਓ, ਆਪ ਜੀ ਨੇ ਇਹ ਮਹਾਨ ਸਮਾਗਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਨਿਮਿਤ ਦਾਤਾਰ ਜੀਓ, ਆਪ ਜੀ ਨੇ ਸਾਲਾਨਾ ਸਮਾਗਮ ਚੰਡੀਗੜ੍ਹ ਵਿਖੇ ਸੈਕਟਰ 34 ਇਸ ਪਾਵਨ ਦਰਬਾਰ ਵਿੱਚ ਸੱਚੇ ਪਾਤਸ਼ਾਹ ਆਪ ਜੀ ਨੇ ਬਖਸ਼ਿਸ਼ ਕੀਤੇ, ਦੂਰ ਦੁਰੇਡੇ ਤੋਂ ਸੰਗਤਾਂ ਨੂੰ ਸੱਦਾ ਦੇ ਕੇ ਆਪ ਨੇ ਸੱਚੇ ਪਾਤਸ਼ਾਹ ਬੁਲਾਇਆ, ਕਿਰਪਾ ਕੀਤੀ, ਅੰਮ੍ਰਿਤ ਵੇਲੇ ਤੋਂ ਸੱਚੇ ਪਾਤਸ਼ਾਹ ਆਪਣੀ ਪਵਿੱਤਰ ਪਾਵਨ ਗੋਦ ਵਿੱਚ ਬਿਠਾ ਕੇ ਸਤਿਗੁਰ ਸੱਚੇ ਪਾਤਸ਼ਾਹ ਸੰਪੂਰਨ ਸ੍ਰੀ ਆਸਾ ਜੀ ਕੇ ਵਾਰ ਦੇ ਕੀਰਤਨ ਹਰੀ ਜਸ ਕੀਰਤਨ ਦੀ ਸੇਵਾ ਆਪ ਜੀ ਨੇ ਲਈ ਹੈ। ਦਾਤਾਰ ਜੀ ਆਪ ਜੀ ਦੀ ਪਵਿੱਤਰ ਅੰਮ੍ਰਿਤਮਈ ਬਾਣੀ ਹੈ, ਅਗਾਧ ਬੋਧ ਬਾਣੀ, ਅਸੀਂ ਅਲਪਗ ਜੀਵ ਖਿਨ ਖਿਨ ਭੁੱਲਣਹਾਰ, ਸਾਹ ਸਾਹ ਸੰਭੁੱਲਣ ਹਾਰੇ, ਤੁਮ ਸਮਰਥ ਅਗਨਤ ਪਾਰੇ, ਸਨ ਪਰੇ ਕੀ ਰਾਗ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਸੱਚੇ ਪਾਤਸ਼ਾਹ ਬਖਸ਼ ਲਓ ਅੱਗੋਂ ਤੋਂ ਬਾਣੀ ਸੁੱਧ ਅਤੇ ਸਪਸ਼ਟਪਣ ਦੀ ਬੁੱਧੀ ਬਖਸ਼ਿਸ਼ ਕਰੋ, ਬਾਣੀ ਨਾਲ ਪਿਆਰ ਬਖਸ਼ੋ, ਬਾਣੀ ਦੇ ਅੰਮ੍ਰਿਤਮਈ ਭਾਵ ਸਮੂਹ ਆਈਆਂ ਸੰਗਤਾਂ ਦੇ ਹਿਰਦੇ ਵਿੱਚ ਵਸਾਉਣ ਦੀ ਕਿਰਪਾਲਤਾ ਕਰੋ। ਸੱਚੇ ਪਾਤਸ਼ਾਹ ਮਿਹਰਾਂ ਕਰਨੀਆਂ ਸੱਚੇ ਪਾਤਸ਼ਾਹ ਜੀਓ, ਧੰਨ ਧੰਨ ਗੁਰਦੇਵ ਸੱਚੇ ਪਾਤਸ਼ਾਹ, ਜੋ ਆਪ ਜੀ ਦਾ ਇਹ ਤੁੱਟ ਅਮੁੱਲ ਭਰਿਆ ਖਜ਼ਾਨਾ ਸੱਚੇ ਪਾਤਸ਼ਾਹ, ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕਹਿ ਮਨ ਪਿਆਰੀ ਬਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰੋਪਕਾਰੀ ਆ ਜੀਓ, ਅੰਤਰ ਬਾਹਰ ਤੇਰੀ ਬਾਣੀ, ਤੁਦ ਆਪ ਕਤੀਤਾ ਆਪ ਵਖਾਣੀ, ਗੁਰ ਕਹਿਆ ਸਭ ਏਕੋ ਏਕੋ, ਅਵਰ ਨਾ ਕੋਈ ਹੋਏਗਾ ਜੀਓ। ਸੱਚੇ ਪਾਤਸ਼ਾਹ ਮਿਹਰ ਕਰੋ ਦਾਤਾਰ ਜੀਓ, ਸਾਰੇ ਸੰਸਾਰ ਵਿੱਚ ਦਾਤਾਰ ਜੀਓ ਇਹ ਅੰਮ੍ਰਿਤ ਸੱਚੇ ਪਾਤਸ਼ਾਹ ਮੁੱਲ ਖਜ਼ਾਨਾ ਜੋ ਆਪ ਜੀ ਦਾ ਹੈ, ਸੱਚੇ ਪਾਤਸ਼ਾਹ
ਸਮੂਹ ਗੁਰਸਿੱਖ ਮਾਈ ਭਾਈ ਦੀ ਰਸਨਾ 'ਤੇ ਬੈਠ ਕੇ ਮਨ ਨੀਵਾਂ ਮੱਤ ਉੱਚੀ ਬਖਸ਼ਦਿਆਂ ਹੋਇਆਂ ਹਿਰਦੇ ਵਿੱਚ ਇਹ ਅੰਮ੍ਰਿਤ ਭੋਜਨ ਸਮੂਹ ਗੁਰਸਿੱਖ ਪਿਆਰਿਆਂ ਨੂੰ ਸੱਚੇ ਪਾਤਸ਼ਾਹ ਪਹੁੰਚਾਵਣ ਦੀ ਕਿਰਪਾਲਤਾ ਕਰੋ। ਬਖਸ਼ਿਸ਼ ਕਰਨੀ ਮਿਹਰ ਕਰਨੀ ਦਾਤਾਰ ਜੀ ਰਾਤ ਦੇ ਰਹਿਣ ਸਵਾਈ ਕੀਰਤਨ ਅੰਮ੍ਰਿਤ ਸੰਚਾਰ ਵਿੱਚ ਆਪ ਵਰਤਣਾ ਸੱਚੇ ਪਾਤਸ਼ਾਹ, ਮਿਹਰਾਂ ਕਰਨੀਆਂ ਰਹਿਮਤ ਕਰਨੀ ਸੱਚੇ ਪਾਤਸ਼ਾਹ, ਇਸ ਪਾਵਨ ਜੱਗ ਵਿੱਚ ਨਾਨਾ ਪ੍ਰਕਾਰ ਦੀਆਂ ਸੇਵਾ ਨਿਭਾਉਣ ਵਾਲੇ ਸਮੂਹ ਗੁਰਸਿੱਖ ਮਾਈ ਭਾਈ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸੱਚੇ ਪਾਤਸ਼ਾਹ ਸਮੂਹ ਸੇਵਾਵਾਂ ਆਪ ਲੈਣੀਆਂ। ਇਸੇ ਤਰ੍ਹਾਂ ਚਾਓ ਮਾਓ ਹਿਰਦੇ ਵਿੱਚ ਪ੍ਰੇਮਾ ਭਗਤੀ ਬਖਸ਼ਿਸ਼ ਕਰਨੀ ਦਾਤਾਰ ਜੀ ਸੰਗਤ ਵੱਲੋਂ ਜੋਦੜੀ ਹੈ। ਦਾਤਾਰ ਜੀ ਉਹ ਸਾਰੇ ਸੰਸਾਰ ਵਿੱਚ ਵਿਚਰ ਰਹੇ ਆਪਣੇ ਆਖਰੀ ਪੜਾਅ ਵਿੱਚ ਗੁਰਮੁਖ ਪਿਆਰੀਆਂ ਰੰਗ ਰਤੜੀਆਂ ਰੂਹਾਂ, ਸੱਚੇ ਪਾਤਸ਼ਾਹ ਜੀਓ ਆਪ ਕਿਰਪਾ ਕਰੋ, ਮਿਹਰ ਭਰਿਆ ਹੱਥ ਰੱਖ ਕੇ ਜਿਤਨੇ ਸਵਾਸਾਂ ਦੀ ਪੂੰਜੀ ਹੈ ਸੱਚੇ ਪਾਤਸ਼ਾਹ ਸੁਖਾਲੀ ਸਵਾਸੀ ਨਾਮ ਦੀ ਰੰਗਣ ਵਿੱਚ ਇਹ ਜਨਮ ਸਫਲਾਏ ਦਿਓ ਸੱਚੇ ਪਾਤਸ਼ਾਹ, ਮਿਹਰਾਂ ਕਰਨੀਆਂ। ਦਾਤਾਰ ਜੀਓ ਆਪ ਜੀ ਦੇ ਚਰਨ ਕਮਲਾਂ ਵਿਖੇ ਜੋਦੜੀ ਹੈ ਸੱਚੇ ਪਾਤਸ਼ਾਹ ਜੀਓ, ਮਿਹਰ ਕਰਨੀ ਸੱਚੇ ਪਾਤਸ਼ਾਹ। ਬੱਚੀ ਬੀਬੀ ਹਰਨੂਰ ਕੌਰ ਵੱਲੋਂ ਸ਼ੁਕਰਾਨਾ ਹੈ BDS ਵਿੱਚ ਐਡਮਿਸ਼ਨ ਦੇ ਲਈ ਸੱਚੇ ਪਾਤਸ਼ਾਹ ਬੇਨਤੀ ਕਰਦੇ ਹਨ। ਸੱਚੇ ਪਾਤਸ਼ਾਹ ਜੀ ਉਹ ਨਹਾਉ ਸਾਰਿਆਂ ਦੇ ਆਪ ਜਾਣੀ ਜਾਣ, ਉਹ ਸੱਚੇ ਪਾਤਸ਼ਾਹ ਜੋ ਜੀਆਂ ਕੀ ਬੇਦਨ ਜਾਣੇ ਤਿਸ ਸਾਹਿਬ ਕੇ ਹਉ ਗੁਰਬਾਨੇ, ਤਿਸ ਆਗੇ ਜਨ ਕਰ ਬੇਨੰਤੀ ਜੋ ਸਰਬ ਸੁਖਾਂ ਕਾ ਦਾਨੀ ਹੈ, ਜਿਸ ਕੀ ਓਟ ਤਿਸੇ ਕੀ ਆਸਾ ਦੁੱਖ ਸੁਖ ਹਮਰਾ, ਤਿਸੀ ਪਾਸਾ ਰਾਖ ਲੀਨੋ ਸਭ ਜਨ ਕਾ ਪੜਦਾ, ਨਾਨਕ ਤਿਸ ਕੀ ਉਸਤਤ ਕਰਦਾ। ਸੱਚੇ ਪਾਤਸ਼ਾਹ ਸਾਰਿਆਂ ਦੀਆਂ ਵੇਦਨਾ ਆਪ ਜਾਣੀ ਜਾਣ, ਉਹ ਸੱਚੇ ਪਾਤਸ਼ਾਹ ਠੰਡਾ ਵਰਤਾਓ ਗੁਰਮਤ ਅਨੁਸਾਰ, ਸਾਰਿਆਂ ਨੂੰ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ੋ ਦਾਤਾਰ ਜੀਓ, ਮਿਹਰਾਂ ਕਰਨੀਆਂ ਰਹਿਮਤ ਕਰਨੀ ਸੱਚੇ ਪਾਤਸ਼ਾਹ ਜੀਓ, ਮਿਹਰ ਭਰਿਆ ਹੱਥ ਰੱਖਣਾ ਸਮੂਹ ਗੁਰਸਿੱਖ ਪਿਆਰਿਆਂ ਦੀ ਚੰਨ ਧੂੜ ਦਾ ਸਦਕਾ ਇਸ ਪਾਪੀ ਦਾਸਰੇ ਦੀ ਝੋਲੀ ਵਿੱਚ ਵੀ ਸੱਚੇ ਪਾਤਸ਼ਾਹ ਬੰਦਗੀ ਦਾ ਖੈਰ ਪਾ ਦਿਓ। ਸੱਚੇ ਪਾਤਸ਼ਾਹ ਬਖਸ਼ਿਆ ਖਜ਼ਾਨਿਆਂ ਵਿੱਚੋਂ ਸੱਚੇ ਪਾਤਸ਼ਾਹ ਪੰਚਾਮ੍ਰਿਤ ਦੇਖ ਸੱਜ ਕੇ ਹਾਜ਼ਰ ਹੈ, ਆਪ ਜੀ ਭੋਗ ਲਗਾਓ ਸੱਚੇ ਪਾਤਸ਼ਾਹ ਜੀ, ਸੰਗਤ ਜੁਟਾਉਣ ਦੀ ਆਗਿਆ ਬਖਸ਼ਿਸ਼ ਕਰੋ, ਪਵਿੱਤਰ ਪਾਵਨ ਹੁਕਮ ਬਖਸ਼ ਕੇ ਦਾਤਾਰ ਜੀਓ ਅਸੀਸਾਂ ਬਖਸ਼ਿਸ਼ ਕਰੋ। ਔਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈਏ, ਹਉ ਗੋਲਾ ਲਾਲਾ ਤੁਧ ਮੈਂ ਹੁਕਮ ਫਰਮਾਈਏ, ਹਉ ਗੁਰਮੁਖ ਕਾਰ ਕਮਾਵਾਂ, ਹਉ ਗੁਰਮੁਖ ਕਾਰ ਕਮਾਵਾਂ, ਗੁਰਮੁਖ ਕਾਰ ਕਮਾਵਾਂ ਜੇ ਗੁਰ ਸਮਝਾਈਏ। ਐਸੀ ਸਮਝਾਵਨਾ ਬਖਸ਼ਿਸ਼ ਕਰੋ ਦਾਤਾਰ ਜੀ, ਇਸ ਪਾਵਨ ਦਰਬਾਰ ਦੀ ਜੋ ਸੇਵਾ ਨਿਭਾ ਰਹੇ ਗ੍ਰੰਥੀ ਸਿੰਘ ਸਾਹਿਬਾਨ ਹੋਰ ਸੇਵਾਦਾਰ ਸਾਰਿਆਂ ਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਬਖਸ਼ਿਸ਼ ਕਰੋ, ਚਾਓ ਮਾਓ ਬਖਸ਼ੋ। ਮਿਹਰਾਂ ਕਰਨੀਆਂ ਸਹੀ ਸੱਜਣ ਮਿੱਤਰ ਪਿਆਰੇ ਮੇਲ ਨੇ, ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਸਾਜਗਿਰਾ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਦੋਹਰਾ ਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸੇਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਣਿਓ, ਪ੍ਰਗਟ ਗੁਰਾਂ ਕੀ ਦੇਹ ਹੋ ਸ਼ਬਦ ਮੈਂ ਲੇਹ ਰਾਜ ਕਰੇਗਾ, ਵਾਰ ਹੋਏ ਬੋਲੇ ਸੋਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਲਾਲੋ ਲਾਲ ਹੈ ਸੱਚੇ ਰਤਾ ਸੱਚ, ਸੋ ਕਾਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ।
ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਜਿਸ ਪਾਸ ਬੈਠਿਆ ਸੋਹੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇਹ ਬੁਝਾਈ ਹਰ ਜੀਉ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵ ਹੋ ਹਰ ਨਾਮ ਦੇਵੋ ਆਧਾਰੇ ਰਹਾਉ ਮਨਸਾ ਮਾਰ ਦੁਬਦਾ ਸਹਿ ਸਮਾਣੀ ਪਾਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਵਿਖ ਕੱਟ ਨਿਹਾਰਾ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗੇ ਜਾਪੇ ਸੇਈ ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗੇ ਜਾਪੇ ਸੇਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇਹ ਬੁਝਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।